14 ਦਸੰਬਰ ਦੇ ਦਿਨ ਅਸੀਂ ਫਲਾਇੰਗ ਆਫਿਸਰ ਨਿਰਮਲਜੀਤ ਸਿੰਘ ਸੇਖੋਂ ਜਿਨ੍ਹਾਂ ਨੇ 71 ਦੀ ਵਾਰ ਦੇ ਵਿੱਚ 2 ਦੁਸ਼ਮਣ ਏਅਰਕਾਫਟ ਨੂੰ ਤਬਾਹ ਕਰਕੇ ਸ਼ਹੀਦੀ ਦਿੱਤੀ ਦੇਸ਼ ਵਾਸਤੇ, ਉਹਨਾਂ ਦਾ ਅਸੀਂ ਸ਼ਹੀਦੀ ਦਿਹਾੜਾ ਜਿਹੜਾ ਹੈਗਾ AOC ਸਾਹਿਬ ਵੀ ਆਏ ਸੀਗੇ ਏਅਰਫੋਰਸ ਤੋਂ, ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਉਹਨਾਂ ਨੂੰ ਇੱਕ ਟ੍ਰਿਬਿਊਟ ਦਿੱਤਾ। ਅਤੇ ਹਰ ਸਾਲ ਦੀ ਤਰ੍ਹਾਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਆਫਿਸਰਸ ਨੇ ਕੁਰਬਾਨੀ, ਸਭ ਤੋਂ ਵੱਡੀ ਕੁਰਬਾਨੀ ਦਿੱਤੀ ਹੈ ਦੇਸ਼ ਵਾਸਤੇ, ਉਹਨਾਂ ਨੂੰ ਜ਼ਰੂਰ ਯਾਦ ਰੱਖਣ ਅਤੇ ਉਹਨਾਂ ਦੇ ਇੱਕ ਅਖੰਡ ਭਾਰਤ ਦੇ ਸੁਪਨੇ ਨੂੰ ਅੱਗੇ ਪਹੁੰਚਾਉਣ ਵਾਸਤੇ ਆਪਣਾ ਯੋਗਦਾਨ ਦੇਣ। ਅੱਜ 14 ਦਸੰਬਰ ਦੇ ਦਿਨ ਅਸੀਂ ਫਲਾਇੰਗ ਆਫਿਸਰ ਨਿਰਮਲਜੀਤ ਸਿੰਘ ਸੇਖੋਂ ਜਿਨ੍ਹਾਂ ਨੇ 71 ਦੀ ਵਾਰ ਦੇ ਵਿੱਚ 2 ਦੁਸ਼ਮਣ ਏਅਰਕਾਫਟ ਨੂੰ ਤਬਾਹ ਕਰਕੇ ਸ਼ਹੀਦੀ ਦਿੱਤੀ ਦੇਸ਼ ਵਾਸਤੇ, ਉਹਨਾਂ ਦਾ ਅਸੀਂ ਸ਼ਹੀਦੀ ਦਿਹਾੜਾ ਜਿਹੜਾ ਹੈਗਾ AOC ਸਾਹਿਬ ਵੀ ਆਏ ਸੀਗੇ ਏਅਰਫੋਰਸ ਤੋਂ, ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਉਹਨਾਂ ਨੂੰ ਇੱਕ ਟ੍ਰਿਬਿਊਟ ਦਿੱਤਾ। ਅਤੇ ਹਰ ਸਾਲ ਦੀ ਤਰ੍ਹਾਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਆਫਿਸਰਸ ਨੇ ਕੁਰਬਾਨੀ, ਸਭ ਤੋਂ ਵੱਡੀ ਕੁਰਬਾਨੀ ਦਿੱਤੀ ਹੈ ਦੇਸ਼ ਵਾਸਤੇ, ਉਹਨਾਂ ਨੂੰ ਜ਼ਰੂਰ ਯਾਦ ਰੱਖਣ ਅਤੇ ਉਹਨਾਂ ਦੇ ਇੱਕ ਅਖੰਡ ਭਾਰਤ ਦੇ ਸੁਪਨੇ ਨੂੰ ਅੱਗੇ ਪਹੁੰਚਾਉਣ ਵਾਸਤੇ ਆਪਣਾ ਯੋਗਦਾਨ ਦੇਣ। ਅੱਜ 14 ਦਸੰਬਰ ਦੇ ਦਿਨ ਅਸੀਂ ਫਲਾਇੰਗ ਆਫਿਸਰ ਨਿਰਮਲਜੀਤ ਸਿੰਘ ਸੇਖੋਂ ਜਿਨ੍ਹਾਂ ਨੇ 71 ਦੀ ਵਾਰ ਦੇ ਵਿੱਚ 2 ਦੁਸ਼ਮਣ ਏਅਰਕਾਫਟ ਨੂੰ ਤਬਾਹ ਕਰਕੇ ਸ਼ਹੀਦੀ ਦਿੱਤੀ ਦੇਸ਼ ਵਾਸਤੇ, ਉਹਨਾਂ ਦਾ ਅਸੀਂ ਸ਼ਹੀਦੀ ਦਿਹਾੜਾ ਜਿਹੜਾ ਹੈਗਾ AOC ਸਾਹਿਬ ਵੀ ਆਏ ਸੀਗੇ ਏਅਰਫੋਰਸ ਤੋਂ, ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਉਹਨਾਂ ਨੂੰ ਇੱਕ ਟ੍ਰਿਬਿਊਟ ਦਿੱਤਾ। ਅਤੇ ਹਰ ਸਾਲ ਦੀ ਤਰ੍ਹਾਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਆਫਿਸਰਸ ਨੇ ਕੁਰਬਾਨੀ, ਸਭ ਤੋਂ ਵੱਡੀ ਕੁਰਬਾਨੀ ਦਿੱਤੀ ਹੈ ਦੇਸ਼ ਵਾਸਤੇ, ਉਹਨਾਂ ਨੂੰ ਜ਼ਰੂਰ ਯਾਦ ਰੱਖਣ ਅਤੇ ਉਹਨਾਂ ਦੇ ਇੱਕ ਅਖੰਡ ਭਾਰਤ ਦੇ ਸੁਪਨੇ ਨੂੰ ਅੱਗੇ ਪਹੁੰਚਾਉਣ ਵਾਸਤੇ ਆਪਣਾ ਯੋਗਦਾਨ ਦੇਣ। ਅੱਜ 14 ਦਸੰਬਰ ਦੇ ਦਿਨ ਅਸੀਂ ਫਲਾਇੰਗ ਆਫਿਸਰ ਨਿਰਮਲਜੀਤ ਸਿੰਘ ਸੇਖੋਂ ਜਿਨ੍ਹਾਂ ਨੇ 71 ਦੀ ਵਾਰ ਦੇ ਵਿੱਚ 2 ਦੁਸ਼ਮਣ ਏਅਰਕਾਫਟ ਨੂੰ ਤਬਾਹ ਕਰਕੇ ਸ਼ਹੀਦੀ ਦਿੱਤੀ ਦੇਸ਼ ਵਾਸਤੇ, ਉਹਨਾਂ ਦਾ ਅਸੀਂ ਸ਼ਹੀਦੀ ਦਿਹਾੜਾ ਜਿਹੜਾ ਹੈਗਾ AOC ਸਾਹਿਬ ਵੀ ਆਏ ਸੀਗੇ ਏਅਰਫੋਰਸ ਤੋਂ, ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਉਹਨਾਂ ਨੂੰ ਇੱਕ ਟ੍ਰਿਬਿਊਟ ਦਿੱਤਾ। ਅਤੇ ਹਰ ਸਾਲ ਦੀ ਤਰ੍ਹਾਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਆਫਿਸਰਸ ਨੇ ਕੁਰਬਾਨੀ, ਸਭ ਤੋਂ ਵੱਡੀ ਕੁਰਬਾਨੀ ਦਿੱਤੀ ਹੈ ਦੇਸ਼ ਵਾਸਤੇ, ਉਹਨਾਂ ਨੂੰ ਜ਼ਰੂਰ ਯਾਦ ਰੱਖਣ ਅਤੇ ਉਹਨਾਂ ਦੇ ਇੱਕ ਅਖੰਡ ਭਾਰਤ ਦੇ ਸੁਪਨੇ ਨੂੰ ਅੱਗੇ ਪਹੁੰਚਾਉਣ ਵਾਸਤੇ ਆਪਣਾ ਯੋਗਦਾਨ।